ਸਵੇਰ ਦੇ ਮਦੂਦਾ ਦੇ ਬੰਦੇ ਆ, ਇਹਨਾਂ ਗੁੰਡੇ ਅੰਦਰ ਬੈਠੇ ਆ, ਕਿਸੇ ਨੂੰ ਫਾਇਲ ਨਹੀਂ ਭਰਨ ਦੇ ਰਹੇ, ਕਿਸੇ ਨੂੰ ਗੱਲ ਨਹੀਂ ਕਰਨ ਦੇ, ਪੁਲਿਸ ਮਿਲੀ ਹੋਈ ਆ, ਸਾਰਾ ਪ੍ਰਸ਼ਾਸਕ ਮਿਲਿਆ ਵਾ, ਸਾਰੇ ਪ੍ਰਬੰਧ ਇਹਨਾਂ ਨੇ ਗਲਤ ਕਰੇ ਹੋਏ ਆ। ਅੱਜ ਇਹਨਾਂ ਕੇ ਬੰਦੇ ਗੁੰਡੇ ਅੰਦਰ ਬੈਠੇ ਆ, ਕਿਸੇ ਵੀ ਬਾਹਰਲੇ ਬੰਦੇ ਨੂੰ, ਮਾਤਾ ਨੂੰ ਧੱਕੇ ਮਾਰੇ ਜਾ ਰਹੇ ਆ, ਸਾਡੀਆਂ ਭੈਣਾਂ ਨੂੰ ਧੱਕੇ ਮਾਰ ਰਹੇ ਨੇ, ਹਰੇਕ ਬੂਥ ਤੇ, ਹਰੇਕ ਟੇਬਲ ਤੇ ਇੱਕ ਇੱਕ ਗੁੰਡਾ ਬੈਠਿਆ ਜਿਹੜਾ ਇਹਨਾਂ ਦੇ ਫੈਲਾ ਜਮਾ ਕਰਾ ਰਿਹਾ। ਜੋ ਕਾਂਗਰਸ ਪਾਰਟੀ ਦੇ ਜੋ ਸਾਬਕਾ ਵਿਧਾਇਕ ਨੇ ਘਨੌਰ ਤੋਂ ਮਦਨ ਲਾਲ ਜਲਾਲ, ਪਰ ਇਸ ਸਮੇਂ ਜੋ ਯੂਨੀਵਰਸਿਟੀ ਕਾਲਜ ਘਨੌਰ ਦੇ ਵਿੱਚ ਪਹੁੰਚੇ ਹੋਏ ਨੇ, ਅਤੇ ਉਹਨਾਂ ਦੇ ਵੱਲੋਂ ਜੋ ਲਗਾਤਾਰ ਆਰੋਪ ਲਾਇਆ ਜਾ ਰਿਹਾ ਕਿ ਪਹਿਲਾਂ ਰਾਜਪੁਰਾ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਧੱਕਾ ਕੀਤਾ ਜਾ ਰਿਹਾ ਸੀਗਾ, ਹੁਣ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ, ਜੋ ਕਿਹਾ ਜਾ ਰਿਹਾ ਕਿ ਘਨੌਰ ਦੇ ਵਿੱਚ ਪਹੁੰਚੇ ਹੋਏ ਨੇ ਯੂਨੀਵਰਸਿਟੀ ਕਾਲਜ ਘਨੌਰ ਦੇ ਵਿੱਚ, ਅਤੇ ਤੁਸੀਂ ਦੇਖ ਸਕਦੇ ਹੋ ਕਿ ਖੁਦ ਜਿਹੜੇ ਨੇ ਮਦਨ ਲਾਲ ਜਲਾਲ ਪਰ ਇਸ ਸਮੇਂ ਇੱਥੇ ਪਹੁੰਚੇ ਹੋਏ ਨੇ, ਅਤੇ ਗੱਲਬਾਤ ਜਿਹੜੇ ਨੇ ਆਪਣੇ ਜੋ ਕਿਹਾ ਜਾ ਰਿਹਾ ਵਰਕਰਾਂ ਨਾਲ ਕੀਤੀ ਜਾ ਰਹੀ ਹੈ। ਸੁਣ ਸਕਦੇ ਹੋ ਕਿ ਮਦਨ ਲਾਲ ਜਲਾਲ ਪਰ ਜਿਹੜੇ ਨੇ ਇਸ ਸਮੇਂ ਬੈਠੇ ਨੇ, ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ, ਕਿਉਂਕਿ ਰਾਜਪੁਰਾ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਆਰੋਪ ਲਾਏ ਗਏ ਸਨ ਮੌਜੂਦਾ ਸਰਕਾਰ ਦੇ ਉੱਪਰ ਕਿ ਲੋਕਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਅਤੇ ਮੇਰੇ ਨਾਲ ਖੁਦ ਜਿਹੜੇ ਨੇ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲ ਪਰ ਨੇ ਜਲਾਲਪੁਰ ਸਾਹਿਬ ਯੂਨੀਵਰਸਿਟੀ ਕਾਲਜ ਘਨੌਰ ਪਹੁੰਚੇ ਹੋ, ਕੀ ਕਾਰਨ ਹੈ ਜਿਹੜੇ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਣੇ ਪਏ? ਇਹ ਦੇਖ ਲਓ, ਸਵੇਰ ਦੇ ਮੌਜੂਦਾ ਦੇ ਬੰਦੇ ਆ, ਇਹਨਾਂ ਗੁੰਡੇ ਅੰਦਰ ਬੈਠੇ ਆ, ਕਿਸੇ ਨੂੰ ਫਾਇਲ ਨਹੀਂ ਭਰਨ ਦੇ ਰਹੇ, ਕਿਸੇ ਨੂੰ ਗੱਲ ਨਹੀਂ ਕਰਨ ਦੇ, ਪੁਲਿਸ ਮਿਲੀ ਹੋਈ ਆ, ਸਾਰਾ ਪ੍ਰਸ਼ਾਸਕ ਮਿਲਿਆ ਵਾ, ਸਾਰੇ ਪ੍ਰਬੰਧ ਇਹਨਾਂ ਨੇ ਗਲਤ ਕਰੇ ਹੋਏ ਆ। ਅੱਜ ਇਹਨਾਂ ਕੇ ਬੰਦੇ ਗੁੰਡੇ ਅੰਦਰ ਬੈਠੇ ਆ, ਕਿਸੇ ਵੀ ਬਾਹਰਲੇ ਬੰਦੇ ਨੂੰ, ਮਾਤਾ ਨੂੰ ਧੱਕੇ ਮਾਰੇ ਜਾ ਰਹੇ ਆ, ਸਾਡੀਆਂ ਭੈਣਾਂ ਨੂੰ ਧੱਕੇ ਮਾਰ ਰਹੇ ਨੇ, ਕਿਸੇ ਬੰਦੇ ਨੂੰ ਅੰਦਰ ਨਹੀਂ ਜਾਣ ਦੇ ਰਹੇ। ਸਵੇਰ ਦੀਆਂ ਸਾਡੀਆਂ ਮਾਤਾ ਬਾਹਰ ਬੈਠੀਆਂ 8 ਵਜੇ ਦੀਆਂ, ਇੱਥੇ ਆ ਕੇ ਇਹਨਾਂ ਦੇ ਗੁੰਡੇ ਅੰਦਰ ਨਹੀਂ ਵੜਨ ਦੇ ਰਹੇ। ਇਸ ਕਰਕੇ ਅੱਜ ਅਸੀਂ ਆਏ ਹਾਂ, ਅਸੀਂ ਕਹਿੰਦੇ ਹਾਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੇ ਨੱਥ ਪਾਈ ਜਾਵੇ, ਇਹ SHO ਨੂੰ ਤੁਰਤ ਬਦਲਿਆ ਜਾਵੇ। ਇਹ ਨਰਿੰਦਰ ਮਦੂਦਾ ਦਾ ਸਵੇਰ ਦਾ ਅੰਦਰ ਕਬਜ਼ਾ ਕਰੀ ਬੈਠੇ ਆ, ਹਰੇਕ ਬੂਥ ਤੇ, ਹਰੇਕ ਟੇਬਲ ਤੇ ਇੱਕ ਇੱਕ ਗੁੰਡਾ ਬੈਠਿਆ ਜਿਹੜਾ ਇਹਨਾਂ ਦੇ ਫਾਇਲਾਂ ਜਮ੍ਹਾਂ ਕਰਾ ਰਿਹਾ। ਸਾਡੇ ਕਿਸੇ ਬੰਦੇ ਦੀ, ਇੱਕ ਬੰਦੇ ਦੀ ਸਵੇਰ ਦੀ ਫਾਇਲ ਨਹੀਂ ਜਮ੍ਹਾਂ ਹੋਣ ਦੀ, 1:30 ਵੱਜ ਗਿਆ, 11 ਵਜੇ ਦੀਆਂ ਫਾਇਲਾਂ ਸ਼ੁਰੂ ਹੋ ਜਾਵੇ ਆ, ਇੱਕ ਵੀ ਫਾਇਲ ਕਿਸੇ ਕਾਂਗਰਸੀ ਜਮ੍ਹਾਂ ਨਹੀਂ ਹੋਣ ਦੀ, ਨਾ ਇਹਨਾਂ ਨੇ ਹੋਣ ਦੇਣੀ ਆ। ਇਸ ਕਰਕੇ ਲੇਡੀਆਂ ਦੇ ਧੱਕੇ ਮਾਰੇ ਜਾ ਰਹੇ ਆ, ਇਸ ਕਰਕੇ ਫਾਇਲਾਂ ਖੋ ਕੇ ਭੱਜ ਰਹੀਆਂ ਸਾਡੀਆਂ। ਮੇਰੇ ਵੀਰੋ, ਇਹ ਕਿਹੜਾ ਕਾਨੂੰਨ ਆ? ਅੰਧਾ ਕਾਨੂੰਨ ਆ। ਇਹ ਕਿੱਥੇ ਆ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਇਨਸਾਫ ਦੂੰਗਾ ਲੋਕਾਂ ਨੂੰ? ਇਹ ਲੋਕਾਂ ਦੀ ਸਰਕਾਰ ਆ ਜਿਹਨਾਂ ਨੇ ਝਾੜੂ ਨੂੰ ਵੋਟਾਂ ਪਾਈਆਂ, ਜਿਹੜੀਆਂ ਮਾਤਾ ਨੇ, ਭੈਣਾਂ ਨੇ ਵੋਟਾਂ ਪਾਈਆਂ, ਅੱਜ ਉਹਨਾਂ ਨੂੰ ਧੱਕੇ ਮਾਰੇ ਜਾ ਰਹੇ ਆ। ਅੰਦਰ ਆਪਣੇ ਕਾਗਜ਼ ਭਰਨ ਦਾ ਅਧਿਕਾਰ ਨੇ, ਦੱਸੋ ਇਹ ਆਮ ਪਾਰਟੀ ਦੀ ਸਰਕਾਰ, ਇਹ ਆਮ ਪਾਰਟੀ ਦਾ ਪ੍ਰਬੰਧ, ਇਹ ਪ੍ਰਸ਼ਾਸਕ ਦਾ ਪ੍ਰਬੰਧ, SHO ਇਹਨਾਂ ਨੇ ਮਰਜ਼ੀ ਨਾਲ ਲਾ ਕੇ ਡਿਊਟੀਆਂ ਲਾ ਕੇ ਲਵਾਏ ਗਏ ਆ, ਜਿਸ ਕਰਕੇ ਮੇਰੇ ਭਰਾਵੋ ਇਹ ਗੁੰਡਾਗਰਦੀ ਹੋ ਰਹੀ ਆ। ਮੈਂ ਕਹੂੰਗਾ ਜੇ ਫਾਇਲਾਂ ਨਾ ਭਰੀਆਂਗੇ ਜਾਂ ਅਸੀਂ ਹਾਈਵੇ ਬੰਦ ਕਰਾਂਗੇ, ਜਾਮ ਲਾਵਾਂਗੇ ਹਾਈਵੇ 'ਤੇ।